ਕੀ ਗਾਲੋਤੋ ਸਵਾਗਤ ਹੈ ਤੁਹਾਡਾ ਆਪਣੀ ਸੀ YouTube ਚੈਨਲ ਤੇ ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਵੀ ਪਤਾ ਹੈ ਕਿ ਬੀਤੀ ਕੱਲ ਅਮਰੀਕ ਕੋਸਾ ਕੋਟਲਾ ਦੀ ਗੱਡੀ ਉੱਤੇ ਹਮਲਾ ਕੀਤਾ ਗਿਆ ਤੇ ਦੋਸਤੋ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਦੋਸਤੋ ਜਿੱਥੇ ਕਬੱਡੀ ਜਗਤਨੇਸ਼ ਦੇ ਨਿੰਦਾ ਕੀਤੀ ਹੈ ਉੱਥੇ ਹੀ ਐਮ ਐਲ ਕੇ ਫੈਡਰੇਸ਼ਨ ਨੇ ਵੀ ਇਸ ਦੀ ਨਿੰਦਾ ਕਰਦੇ ਆਪਣੀ Facebook ਪੇਜ ਉੱਤੇ ਪੋਸਟ ਸ਼ੇਅਰ ਕੀਤੀ ਹਾਂਜੀ ਦੋਸਤੋ ਉਹਨਾਂ ਲਿਖਿਆ ਕਿ ਕਬੱਡੀ ਵਾਲਿਆਂ ਦੇ ਚੱਲ ਰਹੇ ਬੁਰੇ ਸਮੇਂ ਦਾ ਉਸ ਵੇਲੇ ਹੋਰ ਵੱਡਾ ਝਟਕਾ ਲੱਗਾ ਜਦੋਂ ਅਮਰੀਕਾ ਉਸੇ ਕੋਟਲੇ ਉੱਤੇ ਹਮਲੇ ਦੀ ਗੱਲ ਸੁਣੀ। ਅਸੀਂ ਐਮ.ਐਲ.ਕੇ ਕਬੱਡੀ ਫੈਡਰੇਸ਼ਨ ਵੱਲੋਂ ਇਸ ਦੀ ਘਟਨਾ ਦੀ ਨਿੰਦਾ ਕਰਦੇ ਹਾਂ ਅਤੇ ਸਮੇਂ ਦੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਦਿਨ ਬਦ ਦਿਨ ਮਾਂ ਖੇਡ ਕਬੱਡੀ ਉੱਤੇ ਹੋ ਰਹੇ ਹਮਲਿਆਂ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਹਾਕੀ ਦੀ ਤਰ੍ਹਾਂ ਕਬੱਡੀ ਵੀ ਪਿੰਡਾਂ ਵਿੱਚ ਬੰਦ ਹੋ ਜਾਵੇਗੀ। ਹੁਣ ਜੇਕਰ ਸਰਕਾਰ ਜ਼ਿੰਮੇਵਾਰ ਬੰਦਿਆਂ ਦੀ ਡਿਊਟੀ ਲਗਾ ਕੇ ਪਤਾ ਕਰੇ ਕਿ ਵਿਦੇਸ਼ ਵਿੱਚ ਕਬੱਡੀ ਖੇਡਣਗੇ ਖਿਡਾਰੀਆਂ ਵਿੱਚੋਂ ਕਿੰਨੇ ਖਿਡਾਰੀ ਵਾਪਸ ਨਹੀਂ ਮੁੜੇ। ਅਤੇ ਕਿਉਂ ਨਹੀਂ ਮੁੜੇ ਇਹ ਪੜਤਾਲ ਕਰਨੀ ਵੀ ਬਹੁਤ ਜ਼ਰੂਰੀ ਹੈ ਹਾਂਜੀ ਦੋਸਤੋ ਐਮ ਐਲ ਕੇ ਫੈਡਰੇਸ਼ਨ ਨੇ ਇਹ ਪੋਸਟ ਸ਼ੇਅਰ ਕਰਦਿਆਂ ਅਮਰੀਕਾ ਉੱਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ ਤੇ ਦੋਸਤੋ ਇੱਕ ਬਹੁਤ ਹੀ ਮੰਦਭਾਗੀ ਖਬਰ ਹੈ ਤੇ ਨਿੰਦਨਯੋਗ ਘਟਨਾ ਹੈ ਹਾਂਜੀ ਦੋਸਤੋ ਇਹ ਸੀ ਅੱਧੀ ਵੀਡੀਓ ਜੁੜੇ ਰਹੋ ਚੈਨਲ ਨਾਲ ਹਾਜ਼ਰ ਹੋਵਾਂਗੇ ਕੋਈ ਹੋਰ ਅਪਡੇਟ ਲੈ ਕੇ ਧੰਨਵਾਦ